ਪੁਲਿਸ ਸੁਸਤ ਅਤੇ ਲੁਟੇਰੇ ਚੁਸਤ ਵਾਲੀ ਕਹਾਵਤ ਜ਼ੀਰਾ ਵਿਖੇ ਸੱਚ ਬਣਦੀ ਨਜ਼ਰ ਆ ਰਹੀ ਹੈ। ਬੀਤੀ ਰਾਤ ਦੋ ਨੌਜਵਾਨ ਲੁਟੇਰਿਆਂ ਦੇ ਵੱਲੋਂ ਪਿਸਤੌਲ ਦੀ ਨੋਕ ਦੇ ਉੱਤੇ ਕੁੱਕੜ ਕੱਪੜਿਆਂ ਵਾਲਿਆਂ ਦੇ ਸ਼ੋਰੂਮ ਤੋਂ ਹਜ਼ਾਰਾਂ ਰੁਪਏ ਲੁੱਟ ਲਏ ਗਏ। ਹਾਲਾਂਕਿ ਇਹ ਸਾਰੀ ਵਾਰਦਾਤ ਸ਼ੋਰੂਮ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ। ਪਰ ਕੇ ਪੁਲਿਸ ਇਹਨਾਂ ਲੁਟੇਰਿਆਂ ਤੱਕ ਪਹੁੰਚ ਕਰ ਸਕੇਗੀ ਜਾਂ ਫਿਰ ਨਹੀਂ, ਇਹ ਸਵਾਲ ਸ਼ਹਿਰ ਵਾਸੀਆਂ ਦੇ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਹਾਲੇ ਕੁਝ ਸਮਾਂ ਪਹਿਲਾਂ ਹੀ ਬੱਸ ਸਟੈਂਡ ਦੇ ਨਜ਼ਦੀਕ ਇੱਕ ਮਨੀ ਐਕਸਚੇਂਜ ਕਰਨ ਵਾਲੀ ਦੁਕਾਨ ਦੇ ਲੁਟੇਰਿਆਂ ਨੇ ਲੱਖਾਂ ਰੁਪਏ ਲੁੱਟ ਲਏ ਸਨ ਅਤੇ ਲੁਟੇਰੇ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਦੱਸੇ ਜਾ ਰਹੇ ਨੇ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸ਼ੋਰੂਮ ਦੇ ਮਾਲਕ ਅਮਨ ਕੁੱਕੜ ਨੇ ਦੱਸਿਆ ਕਿ ਬੀਤੀ ਰਾਤ ਦੋ ਅਣਪਛਾਤੇ ਲੁਟੇਰੇ ਜਿਨ੍ਹਾਂ ਦੇ ਮੂੰਹ ਰੁਮਾਲ ਦੇ ਨਾਲ ਬੰਨੇ ਹੋਏ ਸੀ, ਉਹਨਾਂ ਨੇ ਸ਼ੋਰੂਮ ਦੇ ਵਿੱਚ ਦਾਖਲ ਹੋ ਕੇ ਪਿਸਤੌਲ ਦੀ ਨੋਕ ਦੇ ਉੱਤੇ ਗੱਲੇ ਦੇ ਵਿੱਚ ਪਏ ਕਰੀਬ 40 ਤੋਂ 50 ਹਜ਼ਾਰ ਰੁਪਏ ਲੈ ਕੇ ਉੱਥੋਂ ਫਰਾਰ ਹੋ ਗਏ। ਮੇਰਾ ਨਾਮ ਅਮਨ ਹੈ ਜੀ, ਮੈਂ ਕੁੱਕੜ ਕਲਾਥ ਹਾਊਸ ਜੀ ਦੇ ਓਨਰ ਹਾਂ ਜੀ। ਉਹਨਾਂ ਦਾ ਕੱਲ੍ਹ ਰਾਤ 8:08 'ਤੇ ਦੋ ਨੌਜਵਾਨ ਮੁੰਡੇ ਆਏ ਆ ਜੀ। ਉਹਨਾਂ ਨੇ ਆਉਂਦਿਆਂ ਸਰ ਇੱਕ ਨੇ ਰਵਾ ਪਿਸਟਲ ਮੇਰੇ ਰੱਖ ਦਿੱਤੀ ਅਤੇ ਦੂਜਾ ਆ ਕੇ ਗੱਲੇ ਨੂੰ ਪੈ ਗਿਆ। ਜੋ ਵੀ ਗੱਲੇ ਦੇ ਵਿੱਚ ਸੀ ਪੇਮੈਂਟ 40-50 ਹਜ਼ਾਰ ਦੇ ਦੇਈਏ, ਉਹ ਸਾਰੀ ਉਹ 1 ਮਿੰਟ ਦੇ ਅੰਦਰ ਅੰਦਰ ਲੁੱਟ ਕੇ ਲੈ ਗਏ। ਹਾਂਜੀ, ਉਸੇ ਟਾਈਮ ਅਸੀਂ ਪੁਲਿਸ ਨੂੰ ਸੂਚਨਾ ਦਿੱਤੀ, ਪੁਲਿਸ ਆਸੇ ਪਾਸੇ ਵੀ ਗਈ ਹੈ ਔਰ ਪੂਰਾ ਭਰੋਸਾ ਜਤਾਇਆ ਕਿ ਵਧੀਆ ਤਰੀਕੇ ਨਾਲ ਕਾਰਵਾਈ ਕਰਕੇ ਇਸ ਦੀ ਛਾਣਬੀਨ ਕੀਤੀ ਜਾਵੇ। ਬਸ ਸਾਨੂੰ ਚੋਰਾਂ ਨੂੰ ਫੜਿਆ ਜਾਵੇ ਅਤੇ ਇਨਸਾਫ ਮਿਲਣਾ ਚਾਹੀਦਾ। ਰਾਤ ਕੁੱਕੜ ਕਲਾਥ ਹਾਊਸ ਵਿੱਚੋਂ ਦੋ ਅਣਪਛਾਤੇ ਵਿਅਕਤੀਆਂ ਨੇ ਜਿਹੜੀ ਲੁੱਟ ਖਾਓ ਦੀ ਵਾਰਦਾਤ ਨੂੰ ਅੰਜਾਮ ਕੀਤਾ। ਪਿਸਤੌਲ ਦੀ ਨੋਕ 'ਤੇ 25-30 ਹਜ਼ਾਰ ਰੁਪਏ ਦੀ ਨਕਦੀ ਜਿਹੜੀ ਆ ਉਹ ਖੋਹ ਕੇ ਲੈ ਗਏ ਸੀ। ਜਿਨ੍ਹਾਂ ਸੰਬੰਧੀ ਫੁਟੇਜ ਵੱਖ ਵੱਖ ਕੈਮਰਿਆਂ ਦੀ ਚੈੱਕ ਕੀਤੀ ਜਾ ਰਹੀ ਆ, ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਾਂਚ ਚੱਲ ਰਹੀ ਆ, ਫੁਟੇਜ ਵੱਖ ਵੱਖ ਥਾਵਾਂ ਤੋਂ ਲੈ ਰਹੇ। ਜ਼ੀਰਾ ਤੋਂ ਸਤੀਸ਼ ਵਿਜ ਦੀ ਰਿਪੋਰਟ।